ਅਥਲੀ ਅਸਗਰਦਾ ਹੈ ਜਿਹੜਾ ਹੈ ਅਸਗਰਦਾ ਪਰ ਖੈਰਾਤ ਅਬਾਸ ਜਿਤਨੀ ਅਤਾ ਕਰਦਾ ਜਿਹੜਾ ਲੈਣ ਆਇਆ ਖੈਰਾਤ ਇਸ ਬਾਦਸ਼ਾਹ ਕੋਲ ਅੱਲਾਹ ਤੁਹਾਡੇ ਬੇਟੇ ਨੂੰ ਗਾਜੀ ਸਾਹਿਬ ਮੌਲਾ ਸ਼ਿਫਾ ਯਾ ਫਰਮਾਵੇ ਸਹੀ ਆਜ਼ਾਦੀ ਕਲੀਲ ਹੈਦਰ ਹੀ ਇਹਦੀ ਹੱਕ ਨਾ ਮਿਲੀ ਚਾਣ ਦਾ ਦੁਆ ਲੱਗੀ ਜ਼ਿੰਮੇ ਹੈਦਰ ਹੀ ਜੀਓ ਜੀਓ ਮੇਰੇ ਭਾਈ ਜਿਤਨੀਆਂ ਦੁਆਵਾਂ ਮੇਰੇ ਜ਼ਿੰਮੇ ਲੱਗਦੀਆਂ ਆਈਆਂ ਮਾਲਿਕ ਅੱਲਾ ਇਸ ਬਾਬੁਲ ਹਵਾਇਦ ਸਦਕੇ ਪੂਰੀਆਂ ਫਰਮਾ ਕਾਇਮ ਕਰੋ ਕਾਇਮ ਕਰੋ ਆਪਣੇ ਆਪ ਨੂੰ ਮੁਹੱਬਤ ਬਾਬੁਲ ਹਵਾਇਦ ਨਾਲ ਹਜ਼ਰਤ ਸ਼ਾਹਜ਼ਾਦਾ ਹੈ ਅਲੀ ਅਸਗਰ ਅਲੈ ਕੈਸਾ ਕਮਾਲ ਹੈ ਬਈ ਛੇ ਮਹੀਨੇ ਦਾ ਵੀ ਬਾਬੁਲ ਹਵਾਇਦ ਹੈ ਬਾਬੁਲ ਹਵਾਇਦ ਮਨਵਾਣਾ ਮੁਤਵਜੇ ਕਰਨਾ ਤੁਹਾਡਾ ਕੰਮ ਹੈ ਮੁਤਵਜਾ ਕਰਨਾ ਤੁਹਾਡਾ ਕੰਮ ਹੈ ਤੁਸੀਂ ਜਵਾਨੋ ਕਿਸੇ ਬੰਦੇ ਨੂੰ ਭੇਜ ਕੇ ਡਾਕਟਰ ਨੂੰ ਹਕੀਕਤ ਕਰਕੇ ਵੀ ਆਪਣੀ ਦਵਾਈ ਅਗਰ ਕੋਈ ਮਰੀਜ਼ ਲਿਖਾਵੇ ਤੂੰ ਲਿਖ ਤੋ ਦੇਗਾ ਡਾਕਟਰ ਲਿਖ ਤੋ ਦੇਗਾ ਪਰ ਤਸੱਲੀ ਉਸ ਵੇਲੇ ਆਉਂਦੀ ਜਦ ਬੰਦਾ ਆਪ ਹਕੀਮ ਤਬੀਬ ਡਾਕਟਰ ਦੇ ਸਾਹਮਣੇ ਜਾ ਕੇ ਬਵੇ ਆਸਾਂ ਉਮੀਦਾਂ ਦੁਆਵਾਂ ਪੂਰੀਆਂ ਹੋ ਜਾਂਦੀਆਂ ਲੇਕਿਨ ਜਦ ਤੱਕ ਤੁਸੀਂ ਮੁਤਵਜਾ ਨਹੀਂ ਕਰਨਾ ਬਾਬੁਲ ਹਵਾਇਦ ਨੂੰ ਤੇ ਮੁਤਵਜਾ ਹੁੰਦੇ ਨੇ ਦੁਆ ਨਾਲ ਤੇ ਦੁਆ ਉਹ ਜਿਹੜੀ ਦਿਲ ਚ ਹੋਵੇ ਦੁਆ ਉਹ ਜਿਹੜੀ ਦਿਲ ਚ ਹੋਵੇ ਬਾਬੁਲ ਹਵਾਇਦ ਅੱਲਾ ਹਸਤੀਆਂ ਰੱਖੀਆਂ ਹੀ ਉਮਤ ਚ ਤਾਂ ਆਪਣੇ ਮਹਬੂਬ ਦੀ ਉਮਤ ਚ ਬਾਬੁਲ ਹਵਾਇਦ ਹਸਤੀਆਂ ਕੁਝ ਦੁਆਵਾਂ ਹੁੰਦੀਆਂ ਲੰਬੀਆਂ ਦੁਆਵਾਂ ਲੰਬੇ ਅਰਸੇ ਤੱਕ ਜੇ ਵੀ ਮਾਂ ਪੁੱਤਰ ਨੂੰ ਦਿੰਦੀ ਹੈ ਜਿੰਦਾ ਰਵੇ ਉਹ 100 ਸਾਲ ਜ਼ਿੰਦਗੀ ਹੈ ਤੇ 100 ਸਾਲ ਉਹ ਦੁਆ ਜਾਰੀ ਰਹਿਣੀ ਹੈ ਕੁਝ ਦੁਆ ਹੁੰਦੀ ਹੈ ਮੌਲਾ ਤੈਨ ਸਿਹਤ ਦੇਵੇ ਬਿਮਾਰ ਨੂੰ ਬਈ ਮੌਲਾ ਸਿਹਤ ਦੇਵੇ ਬਈ ਜਿਵੇਂ ਤੂੰ ਇਲਾਜ ਮੁਆਲਜਾ ਕਰ ਰਹੇ ਮੌਲਾ ਸਿਹਤ ਦੇਵੇ ਇਸ ਦਾ ਦੌਰਾਨੀਆ ਹੋਰ ਘਟਦਾ ਹੈ ਕੁਝ ਦੁਆਵਾਂ ਕਰਾਉਣੀ ਆਉਂਦੀ ਜਵਾਨ ਨੂੰ ਮੋਜਿਜ਼ ਨੁਮਾ ਜਿੱਥੇ ਜ਼ਿੰਦਗੀ ਮੌਤ ਦਾ ਤੇ ਲੱਗੀ ਹੁੰਦੀ ਏ ਜਾਂ ਇਨਸਾਨ ਦੀ ਫਲਾਹ ਹੁੰਦੀ ਏ ਜਾਂ ਬਰਬਾਦੀ ਹੁੰਦੀ ਏ ਜਾਂ ਇਨਸਾਨ ਪਾਰ ਹੁੰਦਾ ਤੇ ਜਾਂ ਡੁੱਬ ਜਾਂਦਾ ਹੈ ਇਹਨਾਂ ਔਖੀਆਂ ਦੁਆਵਾਂ ਵਿੱਚੋਂ ਜਿਹੜੇ ਕੱਢਦੇ ਨਾ ਉਹਨਾਂ ਨੂੰ ਬਾਬੁਲ ਹਵਾਏ ਜਾਂਦੇ ਨੇ ਹਾਏ 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 ਮਿਹਰਬਾਨੀ ਜੀ ਮਿਲ ਗਿਆ ਹੈਦਰੀ ਮੇਰੇ ਸ਼ੀਆ ਸੁਣੇ ਭਾਈਓ ਬਈ ਕਿਆ ਬਾਤ ਹੈ ਬਈ ਮੌਲਾ ਜ਼ਿੰਦਗੀ ਦਾ ਮੇਰੇ ਜਵਾਨੋ ਜੀਓ ਜਿੱਥੇ ਜਵਾਨੋ ਮਾਮਲਾ ਫਸ ਜਾਂਦਾ ਹੈ ਨਾ ਜਿੱਥੇ ਕੰਮ ਔਖਾ ਹੋ ਜਾਂਦਾ ਹੈ ਉੱਥੇ ਜਿਹੜੇ ਕੱਢਦੇ ਨਾ ਬੇੜੇ ਤਾਰਦੇ ਨੇ ਉਹ ਬਾਬੁਲ ਹਵਾਇਦ ਨੇ ਜਿੱਥੇ ਨਾਮੁਮਕਿਨ ਔਲਾਦ ਮਜਮੇ ਵਿੱਚ ਐਸੇ ਲੋਕ ਬੈਠੇ ਨੇ ਮੈਂ ਅਦਾ ਕਰੇ ਦੁਆ ਕਰਨ ਤੋਂ ਅੱਲਾ ਖਾਲੀ ਨਾ ਮੁੜ ਸੀ ਤੁਹਾਡੇ ਘਰਾਂ ਦੇ ਅੰਦਰ ਤੁਹਾਡੇ ਮਾਂ ਬਾਪ ਜਵਾਨ ਨੂੰ ਐਸੀਆਂ ਹਸਤੀਆਂ ਬੈਠੀਆਂ ਨਾ ਕਰੋ ਤੁਹਾਡੇ ਹੱਕ ਦੁਆ ਕਰਨ ਤੋਂ ਅੱਲਾ ਖਾਲੀ ਨਹੀਂ ਮੋੜੇਗਾ ਲੇਕਿਨ ਬਾਬੁਲ ਹਵਾਇਦ ਹੁੰਦੇ ਨੇ ਜਿਹੜੇ ਨਾਮੁਮਕਿਨ ਨੂੰ ਮੁਮਕਿਨ ਕਰ ਦੇਣ ਨਾਮੁਮਕਿਨ ਨੂੰ ਮੁਮਕਿਨ ਕਰ ਦੇਣ ਜਵਾਨੋ ਲੱਗੀ ਹੋਈ ਫਾਂਸੀ ਤੂੰ ਬੰਦਾ ਲਾ ਲੈਣ ਹਾਏ 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 ਔਖੀ ਦੁਆ ਦਿਲ ਚ ਰੱਖਣਾ ਲੱਗੀ ਹੋਈ ਫਾਂਸੀ ਤੂੰ ਬੰਦਾ ਲਾ ਲੈਣ ਜਿਸ ਨੂੰ ਡਾਕਟਰ ਲਾ ਇਲਾਜ ਕਰ ਦੇਵੇ ਉਸ ਨੂੰ ਬਿਸਤਰੇ ਬਿਮਾਰੀ ਤੂੰ ਚਾਹ ਲੈਣ ਤੇ ਸਰਕਾਰੇ ਹਜ਼ਰਤ ਅਲੀ ਅਸਗਰ ਦੇ ਜ਼ਰਾ ਕੁਰਬੇ ਚਾਹੋ ਤੁਸੀਂ ਸ਼ੀਆ ਸੁਣੀ ਵੇਖੋ ਕਿ ਹੁਸੈਨ ਦਾ ਕੈਸਾ ਬਾ ਕਮਾਲ ਬੇਟਾ ਹੈ ਬਾਬੁਲ ਹਵਾਇਦ ਅੱਬਾਸ ਵੀ ਹੈ ਬਾਬੁਲ ਹਵਾਇਦ ਮੁਸਲਿਮ ਇਬਨ ਅਕੀਲ ਵੀ ਹੈ ਬਾਬੁਲ ਹਵਾਇਦ ਅਲੀ ਇਬਨ ਅਬੀ ਤਾਲਿਬ ਵੀ ਹੈ ਬਾਬੁਲ ਹਵਾਇਦ ਮੂਸਾ ਇਬਨ ਜਾਫਰ ਅਨ ਅਲ ਕਾਜ਼ਿਮ ਵੀ ਹੈ ਲੇਕਿਨ ਯਾਦ ਰੱਖਿਆ ਜਵਾਨੋ ਜਿਸ ਦੀ ਤਾਕਤ ਬੇਬਹਾ ਹੈ ਨਾ ਉਸ ਦਾ ਨਾਮ ਹੈ ਅਲੀ ਅਸਗਰ ਅਲੀ ਅਸਗਰ ਅਲੀ ਅਸਗਰ ਤਾਈ ਦਾ ਹੱਕ ਅਦਾ ਕਰ ਦੇਣਾ ਬਾਦਸ਼ਾਹ ਦੀ ਨਿਗਾਹ ਹੈ ਸ਼ਹਿਨਸ਼ਾਹ ਮੁਤਵਜਨ ਮਜਲਿਸ ਵਾਲੇ ਪਾਸੇ ਮੋਹਰ ਲੱਗ ਜਾਣੀ ਹੈ ਖੁਦ ਹਜ਼ਰਤ ਅਲੀ ਅਸਗਰ ਨੇ ਫਰਮਾਇਆ ਇੱਕ ਆਲਮ ਦੀਨ ਨੂੰ ਜਿਹੜਾ ਕਰਬਲਾ ਦੇ ਸ਼ਹੀਦਾਂ ਤੇ ਕਿਤਾਬ ਲਿਖ ਰਿਹਾ ਹੈ ਇਮਾਮ ਹੁਸੈਨ ਅਲੈ ਸਲਾਮ ਦੀ ਜ਼ੁਬਾਨੀ ਅਲੀ ਅਸਗਰ ਪੈਗਾਮ ਭੇਜਿਆ ਜਿਸ ਦਾ ਪੈਗਾਮ ਰਸਾਂ ਹੁਸੈਨ ਹੋਵੇ
पता नहीं अली असगर केड़ी शान दा मालिक होसी ते आलिम दीन नु आख्या किताब विच लिख के मेरे मनन आले नु आख अली असगर प्यादा है छोटा समझ के कुछ ना मंग दे मिल गए हैदरी छोटा समझ के जियो आबाद रहो छोटा समझ के अली हैदर अली हैदर छोटा समझ के मेरे तू कुछ नहीं मंगदे इन्हां नूं आखो मंगण मुतवज्जा हो के मंगण साड़ी मार्फत रख दे साडे तो मंगण बात अस वेखिए मंगदे की मंगण वास्ते निरे पुत्र ही नहीं आंदे रकबे जायदादा नहीं आंदियां मंगण वास्ते हया भी ए मंगण वास्ते तहारत भी ए पाकिजगी भी ए मार्फत भी ए याद रखा है जवानों शहजादा अली असगर अलैहि सलातो सलाम ने फरमाया बाबा जान इस आलम दीन नु आखो भाई लिखे किताब विच क्या छोटा समझ के मेरे तू कुछ ना मंग दे कदी हाशिया राई कदी कोई मजमेन तंग शंग कीता ही नहीं जवानों या कदी कोई दात धक्के नाल काम बनी ही नहीं आज तक ना क्योंकि मजमा समझी ही नहीं हमेशा कौम समझ के मोहम्मद वाले मोहम्मद हुबदार समझ के ही हमेशा गल कीती है जोर इस वजह तो नहीं पाया आज समझ ना ही तो कल आ जाएगी कल ना ही तो अगली किसी मजलिस से आ जाएगी केड़ी को हिको मजलिस कोई जिद लगी हुई जब तक साह है तुहाडे दरमियान ही नौकरी देनी है वजन करना है शहजादे अली असगर अलैहि सलाम दे इस जुमले दा ते अपनियां दुआवां भेज देनियां ते हुणे ही मोहर लग जानी है अली असगर पे फरमेंदन किताब विच लिख ते मेरे मनण वाले नूं आख मेरे तो मंगिया करो ते रोज मंगिया करो छोटी छोटी शह भी मेरे तो मंगी करो चूंकि बाकी बाबुल हवाइज जेड़ियां गल्लां टुर के जाके उस कोल मनवाएंदे ना मैं पींघे विच लेट के मनवा लैं कौन हाजिर है कौन खैरात लगाया हाथ बुलंद करके नारा है हैदरी खुदा आस पुजावे तुहाडी अल्लाह अकबर हैदरी जियो जियो खुदास पुजावे सारे दी दुआवां कबूल होण तमाम दी अल्लाहुम्मा सल्ली अला मुहम्मद व आल मुहम्मद बाकी जेड़ा टुर के मनवाएंदे मैं पिंगे विच ए जा के मनवाएंदे मैं लेट के मनवाना एक होर जुमला है वो भी पढ़ दे मौला दा इसे ही मोहब्बत नाल इसे ही अकीदत नाल शिया सुन्नी जवानों छे माह दे बाबुल हवाज दी इंजी ताई दा गदा करना बादशाह फरमाया दस मेरे मन्नण आलिया नूं दस मुहिब्बां नूं जिहड़ा मेरा नां तां जानदे न पर मेरा इख्तियार नहीं जानदे मेरा नाम तो जानदे न मेरा इख्तियार नहीं जानदे मेरे मन्नण आलिया नूं दस हुसैन दा छे माह दा बाबुल हवाज प्यादा है तुहाडियां मन्तां मुरादां दियां गड्ढीं जेड़ियां वड़े वड़े नहीं ना खोल सकते ओ मैं ननिया ननिया उंगलियां नाल नहीं कंजूसी नहीं करनी अली असगर दा फजाइल अली उन वली अल्लाह नारे हैदरी आहा हैदरी बिस्मिल्लाह या अली तुहाडियां मन्नतां और मुरादां दियां ओ गड्ढी जड़ियां वड्डे वड्डे नहीं खोल सकदे मैं नन्हियां नन्हियां उंगलियां नाल और फरमाया जदों कोई ऐसी गल आ जावे जड़ी किदों हल ना पई होंदी होवे
फरमाया मेरा नाम लो, मेरे अल मुतवज्जा होवो, मैन पुकारो, जड़ी अल्लाह दी बारगाह चु नहीं मनी रही ओ मैं अली असगर मनवा के देसा। वी साल पुत्र नहीं होए, शिया अले सुन्नत घरन मैं ला तादाद जानदा, उन्हें हुसैन दे पुत्र अली असगर नु पुकारे है। हुसैन दे अली असगर अल्लाह दी बारगाह चु लेके दिते, घर वसाए अली असगर। मैं अपनी जिंदगी च ला तादाद ऐसे लोग जानदा जिन्हें झूले बरामद किते, ते मुड़ झूले आले उन्होंने वेहड़े दियां रौनकां ता कीतियां। किसे पूछिया है मौला ये दसो कि तुहाडी दुआ बाबुल हवाए जस्तियां विच्चों ही जल्दी कबूल क्यों हो जांदी है? ऐ गल बड़ी औखी कीती है मेरे मौला। मैं बहुत कम यो जिहियां गल्लां करदा, खुद तो ही बर्दाश्त नहीं होंदियां। अली असगर ने फरमाया ओ ता मेरी दुआ सब तो पहले सुनदा है, चूंकि जदों उसकी बारगाह की निगाह मेरिया कटिया हुई रगां ते पैंदी है, हाय हाय हाय, उस दारश हल जाता है, उसके फरिश्ते भी आते हैं, अल्लाह जाने इसका जुर्म के रहा, तेरी हाय कबूल हो गई है। मैं सदकी हो जावा जद उसकी बारगाह की निगाह मेरिया कटिया हुई रगां ते जान दो। जवानो एक करबला दा वाहिद शहीद है अली असगर, जिस ते जुल्म दी इंतहा कुछ इस तरह भी हुई। बाकी शहीदें तो कोई तलवार दा शहीद जिन तलवारा ना लाया, आय कर करोना ले कोई शहीद है खंजर दा जिन खंजर मारे गए, कोई नेजे दा जिस तरह मेरे कासिम नेजे मारे गए, हजरत अली अकबर सांग नेजा सिना बरछी, आय कर के रोना लिया कोई तीर दा हजरत आन सैन आलिया दा लाल तीर दा शहीद, ऐ तीर लगा ते हाथ पेशानी दे नाल ही पेवस्त हो गया, तीर दा शहीद। करबला दे अंदर कोई तीर दा कोई खंजर दा कोई नेजे दा शहीद है। अज जिस शहनशाह की मजलिस है ना, पानी मंगिया ने तीर मारिया ने, खुदा तेरी अज़ादारी कबूल फरमावे, मां प्यो दफनाया ता नेज़िया नाल बरामद कीता ने। अगला जुमला पढ़ देवा या लुका जावा, पढ़ देवा या लुका देवा, सदा मौजूद हो। अगला जेड़ा होया काम वो बड़ा अजीब होया है, दुई बारी नेज़िया नाल बरामद, ते जो नेज़िया नाल बाहर आया मां वेधी रही है शिमर खंजर नाल जुदा, मां वैण करके आदी ओ शाला तेरे हाथ त्रुट जावे। हा मरहबा मरहबा मरहबा, हिक दिन दा मेहमान ज़ैनब आलिया दा बिरा, आज नौ मुहर्रम हो गई है, आज दी जड़ी रात आ रही है। तसई अली असगर करबला, अली असगर दिया भैणा तसियां, अली असगर आप तसा, आए कर के रोन आले, आज सारी रात कोशिश करी नींद्र न करी, कोशिश करी जा के गुजारी, कोशिश करी कोई निक्की जी धी होवी चार साल दी होवे, जितना जागे उसनू जगावी। वो अगर आखे ना बाबा मैं समणे, उसनू आख अज सकीना नहीं सुती, जेड़े पासे बाबा टुरदा दामन नपके टुरदी आई बाबा, बाबा किसे जात शम्या मैं तेरे सीने ते आराम करा। आए करके रोण आ लो, कल इंशाल्लाह 9 बजे दिन 9 बजे इमाम हुसैन बादशाह की शहादत जड़ी है मैं अर्ज करसा पढ़सा, अद्धा घंटा वक्त तो पहले। हाय करके रोण आ लिया, वैसे भी 9 बजे मजमा सारा पहुँच ही जाता है। हाय करके रोण आ लिया, बड़ा अच्छा वक्त गुजरिया है चकवाल के अंदर अज़ादारी का, जिथों तक जावगा हमेशा याद रहोगे, हमेशा दुआवां विच रहोगे, जिथे जावांगा इंशाल्लाह हर जाते दुआ उसी दुआ तुहाडे विच ही आ, जवानो दूर जाके भी तुहाडे कोल ही आ, तुहाडी खिदमत विच आ, सारा साल बड़ी दुआ दे के जा रहे हैं, हमेशा आज़ादारियां ए तड्डे ए बानियां ने आज़ादार
ਇਹ ਮਾਤਮੀ ਇਹ ਸ਼ੀਆ ਸੁੰਨੀ ਔਰ ਇਹ ਸਾਡੇ ਮਸੀਹ ਭਾਈ ਇਹ ਹਮੇਸ਼ਾ ਆਬਾਦ ਰਹਾ ਕੋਈ ਕਿਸੇ ਦਾ ਮੁਹਤਾਜ ਨਾ ਹੋਵੇ ਇਸੇ ਅਲੀ ਅਸਗਰ ਦੀ ਤਰੇਹ ਦਾ ਸਦਕਾ ਹਰ ਜਾ ਤੇ ਸਬੀਲਾਂ ਲੱਗੀਆਂ ਹੋਈਆਂ ਬੰਦੇ ਮੋਟਰਸਾਈਕਲਾਂ ਨੂੰ ਅੱਗੋਂ ਬੱਚੇ ਅੱਗੇ ਆ ਜਾਂਦੇ ਨੇ ਤੇਜ਼ ਰਫਤਾਰ ਬੱਸਾਂ ਦੇ ਅੱਗੇ ਆ ਕੇ ਆਦਿਨ ਪਾਣੀ ਪੀ ਲਓ ਅਸਗਰ ਦੀ ਸਬੀਲ ਕਹਿੰਦੀ ਹਾਏ ਨਿਕਲੀ ਹੈ ਮੇਰਾ ਤੁਹਾਡੇ ਤੇ ਸਵਾਲ ਹੈ ਜਿਸ ਦੀ ਸਬੀਲ ਹੈ ਉਹਦੇ ਪੁੱਤਰਾਂ ਨੂੰ ਮਿਲਿਆ ਹੈ ਉਹਦੀਆਂ ਧੀਆਂ ਨੂੰ ਮਿਲਿਆ ਹੈ ਉਹਦੀਆਂ ਨੌਹਾਂ ਨੂੰ ਮਿਲਿਆ ਹੈ ਪੁੱਤਰ ਵੀ ਦੱਸੇ ਮਾਰੇ ਗਏ ਵੀਰ ਵੀ ਦੱਸੇ ਮਾਰੇ ਗਏ ਮਹਿਮਾਨ ਵੀ ਦੱਸੇ ਮਾਰੇ ਗਏ ਅੱਜ ਦੀ ਰਾਤ ਜਿਤਨੇ ਬੇ ਔਲਾਦ ਹੋ ਅੱਜ ਦੀ ਰਾਤ ਜਾਂ ਕੱਲ ਦਾ ਦਿਨ ਜਾਂ ਇਮਾਮ ਬਰਗਾਹ ਦੇ ਰਸਤੇ ਦੇ ਵਿੱਚ ਤੁਸੀਂ ਦੁੱਧ ਦੀ ਸਬੀਲ ਲਾਣੀ ਹੈ ਅਲੀ ਅਸਗਰ ਦੇ ਨਾਮ ਦੀ ਕੁਝ ਨਹੀਂ ਕਰ ਸਕਦੇ ਤੋ ਇੱਕ ਪਾਣੀ ਦੀ ਬੋਤਲ ਤੁਸੀਂ ਖਰੀਦ ਲੈਣੀ ਹੈ ਜਵਾਰ ਨੂੰ ਮਿਲ ਜਾਂਦੀ ਹੈ 25-30 ਰੁਪਏ ਦੀ ਛੋਟੀ ਬੋਤਲ ਪਾਣੀ ਦੀ ਲੈ ਲੈਣੀ ਹੈ ਉਹ ਕਿਸੇ ਇੱਕ ਨੂੰ ਪਿਵਾ ਦੇਣੀ ਸਾਰਿਆਂ ਨੂੰ ਕਦੋਂ ਪਿਵਾ ਸਕਦਾ ਕੋਈ ਤੇ ਦੇਣ ਲੱਗੇ ਆਖਣਾ ਹੀ ਇਹ ਅਲੀ ਅਸਗਰ ਦੀ ਪਿਆਸ ਦਾ ਸਦਕਾ ਇਹ ਅਲੀ ਅਸਗਰ ਦੀ ਸ਼ਬੀਲ ਹੁਸੈਨ ਨੀਅਤ ਵੇਖਦੇ ਹੁਸੈਨ ਹਸੀਅਤ ਨਹੀਂ ਵੇਖਦੇ ਇੱਕ ਪਾਣੀ ਦੀ ਬੋਤਲ ਕਿਸੇ ਇੱਕ ਤੱਸੇ ਨੂੰ ਪਿਵਾ ਦੇਣੀ ਹੈ ਔਰ ਮੈਂ ਆਪਣੇ ਬਜ਼ੁਰਗਾਂ ਦੇ ਮੂੰਹ ਲਫ਼ ਸੁਣੇ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਤਹਿਕੀਕ ਚ ਗੁਜ਼ਰ ਰਹੀ ਹੈ ਅੱਲਾ ਉਹਨਾਂ ਨੂੰ ਸਿਹਤ ਤੋਂ ਸਲਾਮਤੀ ਦੇਵੇ ਉਹ ਫਰਮੈਂਦੇ ਹੁੰਦੇ ਜਦੋਂ ਕੋਈ ਬੰਦਾ ਕਿਸੇ ਹੁਸੈਨ ਦੇ ਅਜ਼ਾਦਾਰ ਨੂੰ ਮਾਤਮੀ ਨੂੰ ਪਾਣੀ ਪਿਵਾਉਂਦਾ ਹੈ ਨਾ ਕਰਬਲਾ ਚ ਹੁਸੈਨ ਆਦਾ ਮਾਤਮੀ ਨੂੰ ਨਾ ਪਿਵਾਇਆ ਮੇਰੀ 4 ਸਾਲਾਂ ਦੀ ਧੀ ਸਕੀ ਮਰਹਬਾ ਤੂੰ ਕਰਬਲਾ ਹੋਵੇ ਆ ਤੂੰ ਵੇਖਿਆ ਮੇਰੀਆਂ ਧੀਆਂ ਦਾ ਜਿਤਨੇ ਮੇਰੇ ਅਲੇ ਸੁਨਤ ਭਾਈ ਆਏ ਹੋਏ ਉਹਨਾਂ ਦੇ ਵਾਸਤੇ ਬਿਲ ਖਸੂਸ ਕੋਈ ਇਹ ਸ਼ੀਆ ਦਾ ਕੰਮ ਨਹੀਂ ਹੈ ਸਬੀਲ ਲਾਣਾ ਇਹ ਉਮਤ ਦਾ ਕੰਮ ਹੈ ਦੱਸੇ ਮਾਰੇ ਗਏ ਸਾਡੇ ਪੀਰ ਸਿਰਫ ਪਾਣੀ ਲਾ ਕੇ ਅਸੀਂ ਦੱਸਦੇ ਹਾਂ ਕੁਝ ਬੰਦੇ ਸਬੀਲ ਤੋਂ ਪਾਣੀ ਵੀ ਨਹੀਂ ਆ ਕੇ ਪੇ ਪੀਂਦੇ ਸ਼ੀਆਂ ਦੀ ਸਬੀਲ ਭਾਈ ਇਹ ਸ਼ੀਆਂ ਦੀ ਸਬੀਲ ਨਹੀਂ ਲਾਰੀ ਅੱਡੇ ਦੇ ਉੱਤੇ ਰੱਖੇ ਹੋਏ ਕੂਲਰ ਚੋਂ ਪਾਣੀ ਦੇ ਕੂਲਰ ਚੋਂ ਉੱਥੇ ਕਦੀ ਕੋਈ ਨਹੀਂ ਪੁੱਛਦਾ ਬਈ ਇਹ ਕਿਹੜੇ ਮਜ਼ਹਬ ਦਾ ਹੈ ਕਿਹੜੇ ਮਸਲਕ ਦਾ ਹੈ ਸਾਰੇ ਪੀਂਦੇ ਨੇ ਇਸ 'ਤੇ ਤਾਂ ਲਿਖਿਆ ਹੋਇਆ ਹੈ ਹੁਸੈਨ ਜ਼ਰੂਰ ਸਬੀਲ ਲਾਓ ਔਰ ਬੜਾ ਅੱਛਾ ਅਮਲ ਹੈ ਮੈਂ ਜਿੱਥੇ ਤਾਈਂ ਜਾ ਰਿਹਾ ਸੜਕਾਂ ਦੇ ਉੱਤੇ ਬੱਚਿਆਂ ਸਬੀਲਾਂ ਲਾਈਆਂ ਹੋਈਆਂ ਸ਼ੀਆ ਸੁੰਨੀਆਂ ਲਾਈਆਂ ਹੋਈਆਂ ਰੋ ਉਹਨਾਂ ਨੂੰ ਸਮਝ ਲੱਗ ਗਈ ਹੈ ਵੀ ਘਰ ਹਜ਼ੂਰ ਦਾ ਉਜੜਿਆ ਹੈ ਇਹ ਵੀ ਅਮਲ ਕਬੂਲ ਹੈ ਔਰ ਪਾਣੀ ਪਿਵਾਉਣਾ ਤਾਂ ਸਭ ਤੋਂ ਵੱਡਾ ਅਮਲ ਹੈ ਜਵਾਨੋ ਆਖਰਤ ਵਾਸਤੇ ਤੁਸਾਂ ਇੱਕ ਦੁੱਧ ਦੀ ਸਬੀਲ ਲਾਣੀ ਹੈ ਜਿਹੜੇ ਬੇ ਔਲਾਦ ਹੋ ਕੋਈ ਢੇਰ ਦੁੱਧ ਦੀ ਲੋੜ ਨਹੀਂ ਜਿਤਨੀ ਤੁਹਾਡੀ ਤਾਕਤ ਹੈ ਜ਼ਿਆਦਾ ਨਹੀਂ ਥੇ ਕਿਲੋ ਦੀ ਲਾ ਲਓ ਕਦੋਂ 4 ਬੱਚੇ ਪੀ ਲਵੇਣ ਲੇਕਿਨ ਇਹ ਖਿਆਲ ਰੱਖਣਾ ਹੈ ਸਬੀਲ ਛੋਟੀ ਲਾਣੀ ਹੈ ਛੋਟੇ ਜਿਹੇ ਮੇਜ਼ 'ਤੇ ਲਾਣੀ ਹੈ ਪਿਵਾਉਣ ਵਾਲਾ ਵੀ ਕੋਈ ਛੋਟਾ ਬੱਚਾ ਹੋਵੇ ਭੈਣ ਦਾ ਹੋਵੇ ਭਰਾ ਦਾ ਹੋਵੇ ਛੋਟਾ ਬੱਚਾ ਹੋਵੇ ਸੈਯਦ ਕੋਈ ਲੱਭ ਜਾਵੇ ਤਾਂ ਕਿਆ ਬਾਤ ਹੈ ਆਪ ਕੋਲ ਖਲੋ ਰਾਣੇ ਅਤੇ ਪੀਣ ਵਾਲੇ ਵੀ ਛੋਟੇ ਛੋਟੇ ਬੱਚੇ ਹੋਣ ਵੱਡਾ ਬੰਦਾ ਨਾ ਕੋਈ ਪੀਵੇ ਛੋਟੇ ਛੋਟੇ ਬਰਤਨ ਹੋਣ ਜਦੋਂ ਵੇਖੇ ਨਾ ਤੇਰੇ ਘਰ ਦੇ ਸਾਹਮਣੇ ਕੋਈ 4 ਸਾਲਾਂ ਦੀ ਭੈਣ ਭਰਾ ਨੂੰ ਚਾਹ ਕੇ ਟੁਰੀ ਜਾਣ ਸਮਝੀ ਰਬਾਬ ਮੈਨੂੰ ਠੋਕਰ ਦੇ ਦਿੱਤਾ ਉਸ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਆਖੀਆਂ ਤੂੰ ਭਰਾ ਨੂੰ ਵਿਵਾਹ ਸਕੀਨਾ ਦਰ ਦਰ ਤੇ ਮੰਗਦੀ ਆਈ ਰੋਕਿਆ ਦੀ ਅਸਗਰਾ ਭੈਣ ਦਾ ਵਸ ਕੋਈ ਨੌਕਰੀਆ ਲੱਗਦਾ ਮਰਹਬਾ ਭਾਈਆਂ ਇਹ ਹਾਲਤ ਹੋ ਗਈ ਤਨ ਬਦਨ ਜ਼ਖਮੀ ਅੱਬਾਸ ਲੈ ਗਏ ਅਕਬਰ ਲੈ ਗਏ ਔਰ ਮੁਹੰਮਦ ਲੈ ਗਏ ਤਨ ਬਦਨ ਇਮਾਮ ਦਾ ਜ਼ਖਮੀ ਰਬਾਬ ਦੇ ਖੈਮੇ ਚ ਆ ਕੇ ਪਿਆ ਦੇ ਨਸਗਰ ਚਾਹ ਦੇ ਪਿਆਸ ਦੀ ਵਜ੍ਹਾ ਤੂੰ ਅਲੀ ਅਸਗਰ ਦੀਆਂ ਮੁੱਠੀ ਬੰਦ ਮੂੰਹ ਖੁੱਲਿਆ ਹੈ ਤਾਂ ਬੰਦ ਨਹੀਂ ਬੰਦ ਤਾਂ ਖੁੱਲਿਆ ਨਹੀਂ
ਹਾਏ ਕਰਕੇ ਰੋਣ ਲਿਆ, ਚਿਹਰੇ ਤੇ ਜ਼ਰਦੀ ਛਾਈ ਹੋਈ। ਅੱਲਾ ਤਸ਼ ਦੀਆਂ ਸਦਾਵਾਂ, ਮਾਵਾਂ ਅਕਬਰ, ਕਾਸੇ, ਮੌਨ, ਮੁਹੰਮਦ, ਦੀਗਰ ਸ਼ਹੀਦਾਂ ਦਾ ਮਾਤਮ ਕਰ ਕਰ ਤਰੇ ਦਿਆਂ ਦੀਆਂ ਭੁੱਖੀਆਂ ਤਸੀਆਂ ਮੁੱਕ ਗਈਆਂ, ਟੁਰਨ ਦੀ ਤਾਕਤ ਮੁੱਕ ਗਈ। ਹਾਏ ਕਰਕੇ ਰੋਣ ਲਿਆ ਹੁਸੈਨ ਫਰਮਿੰਦਰ ਰਬਾਬ ਅਸਗਰ ਚਾਹ ਦੇ ਹੱਥ ਬਨ ਕੇ ਪਈਆ ਦੀਏ ਹੁਸੈਨ ਇਮਾਮ ਏ ਦਰਗਾਹ ਤੇ ਰਹੇ। ਪੁੱਛ ਸਕਦੀਆਂ ਕਿਹਦੇ ਲੈ ਜਾਂਦੇ ਹੋ? ਸਈਅਦ ਠੰਡਾ ਸਾਹਿਬ ਬਰਕਤ ਹੈ, ਪਾਣੀ ਮੰਗਦਾ। ਮੈਂ ਤਾਂ ਇਹ ਨਾ ਆਖਣ ਹੁਸੈਨ ਕੋਈ ਪਾਣੀ ਮੰਗਿਆ ਹਾ, ਮੰਗਿਆ ਤੇ ਅਸੀਂ ਦੇ ਛੋੜੀਏ ਹਾ। ਇਹ ਅਸਗਰ ਦੀ ਮਾਂ ਦਾ ਕਮਾਲ ਏ, ਜੁਮਲਾ ਆਖਣਾ, ਪੈਰਾਂ ਤੇ ਹੱਥ ਲਾ ਕੇ ਪਈਆ ਦੀ ਅਸਗਰ ਮੋਇਆ ਮਨਜ਼ੂਰ ਏ, ਪਾਣੀ ਨਾ ਮੰਗੂ ਨਾ ਦੇ ਤੂੰ ਮੰਗਣਾ ਹੈ ਜੇ ਨਾ ਬਾਸ ਨੂੰ ਮਾਰਿਆ ਦੇ ਨਾ ਤੇਰੇ ਅਲੀ ਅਕਬਰ ਦੇ ਹਾਂ ਵਿੱਚ ਲੈਦਾ ਦੇ ਨਾ ਤੇਰੇ ਕਾਸਿਮ ਤੇ ਸੱਜਣਾ ਦੀਆਂ ਲਾਸ਼ਾਂ ਤੇ ਘੋੜੇ ਭਜਾ ਦਿੱਤੇ ਸੈਯਦਾ ਦੇ ਰਬਾਬ ਮੰਗਦਾ ਤਾਂ ਨਾਨੇ ਨੂੰ ਇੰਜ ਨਾ ਆਖਣ ਜੇ ਹੁਸੈਨ ਪਾਣੀ ਮੰਗਿਆ। ਰੋ ਕੇ ਪਈਆ ਦੀ ਵਾ ਥੋੜ੍ਹੀ ਜਿਹੀ ਤਿਆਰੀ ਮੈਂ ਕਰੇਨੀ ਆ, ਤਿਆਰੀ ਵਿੱਚ ਮਾਂ ਕੀ ਕਰਾਇਆ, ਦੋ ਕਮੀਜ਼ਾਂ ਪਵਾਈਆਂ, ਦੋ ਚੋਲੇ ਪਵਾਏ, ਨਾਲ ਇੱਕ ਛੋਟਾ ਜਿਹਾ ਤੀਰ ਕਮਾਨ ਹਮਾਇਲ ਕੀਤਾ ਹੈ। ਆਏ ਕਰਕੇ ਰੋਣ ਵਾਲੇ ਇੱਕ ਪੱਟੀ ਕੱਢ ਕੇ ਲਫ਼ ਸਮਝਿਆ ਹੈ ਅਲੀ ਅਸਗਰ ਦੇ ਗਲੇ ਤੇ ਬੱਧੀ ਹੈ। ਹਾਏ 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 ਅਲੀ ਬਾਦਸ਼ਾਹ ਦੀ ਰੋ ਭਾਈ ਰੋ ਰੋ ਕੇ ਪਈਆ ਦੀ ਅਸਗਰਾ ਮੈਂ ਸੈਯਦ ਜ਼ਾਦੀ ਨਹੀਂ ਆ, ਮੈਂ ਬੇਗਾਨੇ ਕੁਫ ਦਿਆ ਅਸਗਰ ਖਿਆਲ ਰੱਖੀ ਇੱਥੇ ਨਬੀ ਆਏ ਹੋਏ ਨੇ ਖੈਮਿਆਂ ਵਿੱਚ ਤੇਰੀ ਦਾਦੀ ਜ਼ਹਰਾ ਆਈ ਹੋਈ ਏ। ਹਾਏ ਕਰਕੇ ਰੋਣ ਲਿਆ ਹੁਸੈਨ ਪੁੱਛੇ ਰਬਾਬ ਦੋ ਚੋਲੇ ਪਾਸੇ ਨਾਲ ਛੋਟਾ ਜਿਹਾ ਅਮਰਾਉਲ ਕੈਸ ਦੀ ਧੀ ਆਈ ਤੀਰ ਕਮਾਨ ਗਲੇ ਤੇ ਪੱਟੀ ਬੱਧੀ ਆਈ ਇੰਝ ਤਿਆਰੀ ਕੋਈ ਮਾਂ ਸਮਝੇ ਜਾਂ ਕੋਈ ਔਲਾਦ ਵਾਲਾ ਸਮਝੇ, ਬੇ ਔਲਾਦ ਵੀ ਸਮਝੇ ਇਨਸ਼ਾਅੱਲਾ ਮੌਲਾ ਝੋਲੀ ਨੂੰ ਰੰਗ ਲਾ ਦੇ ਸਣ। ਰੋ ਕੇ ਪਈਆ ਦੀ ਆਖਿਰ ਮਾਂ ਹਾਂ ਹੁਸੈਨ ਤੇਰਾ ਦੁਸ਼ਮਨ ਬੜਾ ਹੀ ਕਮੀਨਾ ਹੈ, ਜਿਵੇਂ ਪਹਿਲੇ ਆਈ ਨਾ ਕਿਦਾਂ ਹੀ ਅਕਬਰ ਦਾ ਖੂਨ, ਕਿਦਾਂ ਹੀ ਕਾਸਿਮ ਦੇ ਟੁਕੜਿਆਂ ਦਾ ਖੂਨ, ਜਿਹੜੇ ਰੰਗ 'ਚ ਪਹਿਲੇ ਆਈ ਨਾ ਉਂਝ ਦੇਵਾਂ ਹਾ, ਜਿਹੜਾ ਵੇਖਿਆ ਉਹ ਆਖਿਆ ਹੁਸੈਨ ਮਾਂ ਤੂੰ ਛੁਪਾ ਕੇ ਲੈ ਆਇਆ ਹੈ, ਜਿਵੇਂ ਮੈਂ ਹੁਣ ਤਿਆਰ ਕੀਤਾ ਹੈ, ਜਿਹੜਾ ਵੇਖ ਸੀ ਉਹ ਖੇਸੀ ਮਾਂ ਆਪ ਤਿਆਰ ਕਰਕੇ ਲੋਇਆ ਹੈ। ਆਏ ਕਰਕੇ ਰੋਣ ਲਿਆ ਮੌਲਾ ਮੇਰੇ ਅਲੀ ਅਸਗਰ ਨੂੰ ਹਾਂ ਨਾਲ ਲਾਓ, ਇਸ ਤਰੀਕੇ ਦੇ ਨਾਲ ਤੁਹਾਡਾ ਮੂੰਹ ਹੋਵੇ ਮੈਦਾਨ ਨਾਲ, ਅਸਗਰ ਦਾ ਖਿਆਮ ਆਲ ਤਨ ਬਦਨ ਜ਼ਖਮੀ, 750 ਦੇ ਕਰੀਬ ਕਰੀਬ ਜ਼ਖਮ ਲੱਗ ਚੁੱਕੇ ਹੁਸੈਨ ਨੂੰ। ਹਾਏ ਕਰਕੇ ਰੋਣ ਲਿਆ ਪਹਿਲਾ ਕਦਮ ਹੁਸੈਨ ਚਾਇਆ ਹੈ, ਕੋਹਰਾਮ ਮਚਿਆ ਹੈ, ਦੂਆ ਕਦਮ ਚਾਇਆ ਹੈ ਮਾਵਾਂ ਜਾਣ ਪਈਆਂ, ਤ੍ਰੀਆ ਚਾਇਆ ਹੈ ਤਾਂ ਹੁਸੈਨ ਦੇ ਕਦਮਾਂ ਨਾਲ ਕੋਈ ਸ਼ੈ ਲੱਗੀ ਏ। ਹੁਸੈਨ ਜੇ ਵੇਖੇ ਨਾ ਤੇ 4 ਸਾਲਾਂ ਦੀ ਧੀ ਸਕੀ ਨਾ। ਰੋ ਕੇ ਪਈਆ ਦੀ ਬਾਬਾ ਜੀ ਅਕਬਰ ਨਹੀਂ ਆਇਆ ਤੇ ਵੱਲਾ ਅਸਗਰ ਵੀ ਨਹੀਂ। ਮਰਹਬਾ ਮਰਹਬਾ ਬਾਬਾ ਮੈਨੂੰ ਆਖਰੀ ਵੇਲੇ ਭਿਜਾ ਮਿਲਾ। ਹਾਏ ਕਰਕੇ ਰੋਣ ਵਾਲੇ ਅਸਗਰ ਨੂੰ ਹਾਂ ਨਾ ਲਾ ਕੇ ਪਿਆ ਦੀ ਅਸਗਰ ਤੇਰੇ ਬਗੈਰ ਸਕੀਨਾ ਨੂੰ ਚੈਨ ਨਾ ਸੀ। ਕਰਕੇ ਰੋਣ ਲਿਆ ਭੈਣ ਭਰਾ ਕੋਈ ਏਡੇ ਦੁਖੀ ਅੰਦਾਜ਼ ਚ ਮਿਲੇ, ਏਡੇ ਦੁਖੀ ਅੰਦਾਜ਼ ਚ ਮਿਲੇ ਕਰਬਲਾ ਵਿੱਚ ਬਣ ਕਿਆਮਤ ਗਈ। ਹਾਏ ਕਰਕੇ ਰੋਣ ਲਿਆ ਇੰਜ ਕਰਕੇ ਹੁਸੈਨ ਚਾਹੇ ਖੈਮਿਆਂ ਦੇ ਅੰਦਰ ਮਾਂ ਦੀ ਨਜ਼ਰ ਅਲੀ ਅਸਗਰ ਵਾਲੇ ਪਾਸੇ, ਅਲੀ ਅਸਗਰ ਦਾ ਮੂੰਹ ਮਾਂ ਵਾਲੇ ਪਾਸੇ, ਖੈਮਿਆਂ ਤੋਂ ਬਾਹਰ ਹੁਸੈਨ ਇਸ ਤਰੀਕੇ ਨਾਲ ਬਾਹਰ ਆਈ ਧੁੱਪ 18 ਜੇਠ ਦੀ ਜਾਂ 10 ਹਾੜ ਦੀ ਧੁੱਪ ਆਈ ਕਿਆਮਤ ਦੀ, ਹੁਸੈਨ ਪੁੱਤਰ ਦੇ ਸਿਰ ਉੱਤੇ ਛਾਂ ਬਣਾਈਏ। ਮਕਤਲ ਦੇ ਲਫ਼ਜ਼ ਖੜਾ ਪੜਦਾ ਹੁਸੈਨ ਇੰਜ ਕਰਕੇ ਪਹਿਲਾ ਕਦਮ ਜਦੋਂ ਮੈਦਾਨ 'ਚ ਰੱਖਿਆ, ਉਹ ਬਾਬੁਲ ਹਵਾਏ ਜਿਸ ਖੈਮਾ ਗਾਹ ਵਿੱਚ ਅੱਖ ਨਹੀਂ ਖੋਲੀ, ਜਾਣਦਾ ਹੀ ਨਾ ਭਾਵੇਂ 6 ਮਹੀਨੇ ਦਾ ਹੀ ਹਾਈ ਅਲੀ, ਬਾਹਰ ਹੁਸੈਨ ਦਾ ਕਦਮ ਆਇਆ ਤੇ ਅਲੀ ਅਸਗਰ ਦੀਆਂ ਅੱਖਾਂ ਖੁੱਲੀਆਂ। ਹਾਏ ਕਰਕੇ ਰੋਣ ਲਿਆ ਪੁੱਤਰ ਦੀਆਂ ਅੱਖਾਂ ਖੁੱਲੀਆਂ ਤੇ ਹੁਸੈਨ ਦੀਆਂ ਵਸੀਆਂ। ਅਲੀ ਅਸਗਰ ਨੂੰ ਹੱਥਾਂ ਤੇ ਬੁਲੰਦ ਕਰਕੇ ਪਿਆ ਦੇ ਅਸਗਰ ਵੇਖ ਉਮਤ ਮੇਰੇ ਭਰਾ ਮਾਲ ਛੋੜੇ ਸੈਯਦਾ ਦੇ ਬਾਬਾ ਤੇਰੇ ਗਾਜ਼ੀ ਦੇ ਅਰਮਾਨ ਨਹੀਂ ਪਰ ਜਾਇਆ ਹੁਸੈਨ ਨੂੰ
ਜਾਵਾਂ ਹਲੇ ਹਲੇ ਆਵਾਜ਼ਾਂ ਦਾ ਅਸਗਾਰਾ ਤੇਰੇ ਅਕਬਰ ਦੇ ਵੱਡੇ ਅਰਮਾਨ ਕੋਈ ਮੈਂ ਸਦਕ ਹੋ ਜਾਵਾਂ ਮੈਂ ਤਾਰੇ ਕੁਰਬਾਨ ਕਰਾਂ ਕਾਏ ਕਰਕੇ ਰੋਣ ਵਾਲਿਆ ਹੁਸੈਨ ਹੀ ਰੋਂਦਾ ਹੈ ਅਸਗਾਰ ਹੀ ਰੋਂਦਾ ਹੈ ਕਰਬਲਾ ਵਿੱਚ ਹਲ ਚਲ ਮੱਚੀ ਹੈ ਕੋਈ ਯਾਦ ਹੈ ਹੁਸੈਨ ਕੁਰਾਨ ਮੇਲਾ ਲਈ ਆਂਦਾ ਕੋਈ ਯਾਦ ਹੈ ਹੁਸੈਨ ਭੈਣ ਦੀ ਚਾਦਰ ਮੇਲਾ ਲਈ ਆਂਦਾ ਕੋਈ ਯਾਦ ਹੈ ਵੱਡਾ ਗਰੀਬ ਹੋ ਗਿਆ ਹੁਸੈਨ ਮਾਂ ਜ਼ਹਰਾ ਦਾ ਬੁਰਕਾ ਉਹ ਮਾਤਮ ਕਰਨ ਵਾਲਿਆ ਸ਼ਿਮਰ ਕਮੀਨਾ ਹਸਾਸ ਕਿਆਦ ਹੈ ਭਾਵੇਂ ਕੁਰਾਨ ਇਹਦੀ ਕੋਈ ਨਹੀਂ ਮੰਗਣੀ ਵਿੱਚ ਕਰ ਬਲ ਦੇ ਭਾਵੇਂ ਲੱਖ ਕੁਰਾਨ ਉਠਾਵੇ ਮਾਫੀ ਦੇਵੇ ਆਏ ਹਸਾਸ ਕਿਆਦ ਹੈ ਇਹਦੀ ਮਾਂ ਵੱਲੀ ਆਈ ਹੱਥ ਰੱਖ ਪਾਸ ਤੇ ਇਹ ਵੀ ਉੱਠਦਾ ਬਹਦਾ ਮਾਫੀ ਜਿਵਿਆ ਮਾਤਮੀਆਂ ਹੱਸ ਹੱਸ ਕੇ ਆਦਾ ਏ ਇਹ ਨਖਤਰਾ ਹੈ ਭੈਣ ਚਾਦਰ ਦਾਲ ਹੈ ਗਿਆ ਸਿਆਬਾ ਸਾਰੇ ਸ਼ਾਮਿਲ ਹੋਇਆ ਹੱਸ ਹੱਸ ਕੇ ਆਦਾ ਅਸਾਂ ਲੁੱਟਣਾ ਹੈ ਦਾ ਮਾਤਮ ਦੀ ਸਦਾ ਮੇਰੇ ਮੌਲਾ ਲੱਖ ਮੇਰੀ ਆਖਾਂ ਕੋਈ ਨਹੀਂ ਮੰਗਣੀ ਵਿੱਚ ਕਰ ਬਲ ਦੇ ਭਾਵੇਂ ਲੱਖ ਕੁਰਾਨ ਉਠਾਵੇ ਤੇ ਇਹਦੀ ਮਾਂ ਵੱਲੀ ਆਈ ਹੱਥ ਰੱਖ ਪਾਸੇ ਤੇ ਵੀ ਉੱਠਦਾ ਬਹਦਾ ਦਿਨ ਇਹਨ ਖਤਰਾ ਹੈ ਭੈਣ ਦੀ ਚਾਦਰ ਦਾ ਲਹਿ ਗਿਆ ਸਿਆਬਾ ਸਭਰਾ ਹੈ ਅਸਾਂ ਲੁੱਟਣਾ ਹੈ ਦਾ ਖੁਦਾ ਤੁਹਾਡੀਆਂ ਬੂਮਾਂ ਕਬੂਲ ਫਰਮਾਵੇ ਕਰਕੇ ਰੋਣ ਲਿਆ ਨੌ ਲੱਖ ਨੂੰ ਹੁਸੈਨ ਦੇ ਜ਼ਾਲਮੋ ਮੇਰੇ ਅਸਗਰ ਦੀਆਂ ਮੁੱਠੀ ਬੰਦਨ ਵਾਂਦੇ ਦਰਿਆ ਚ ਦੋ ਵਾਰ ਉਂਗਲੀਆਂ ਤਰ ਕਰਕੇ ਅਸਗਰ ਦੇ ਲੱਭਾਂ ਤੇ ਲੈਣਾ ਮੈਂ ਅਗਲਾ ਜੁਮਲਾ ਕਿਵੇਂ ਪੜਾ ਨੌ ਮੁਹਰਮ ਲਾਂਦੀ ਹੱਸ ਕੇ ਆ ਦੇਣ ਪੀਵਣਾ ਆਪੇ ਕਿਆ ਜ਼ਹਰਾ ਇਹ ਹੀ ਸੁਣ ਸਕਦੇ ਜੁਮਲਾ ਜਿਨ੍ਹਾਂ ਦੀ ਹੈ ਨਿਕਲੀ ਅਕਬਰ ਤੋਂ ਬਾਅਦ ਮੈਂ ਕਿਹਾ ਪਾਣੀ ਪੀਵਣਾ ਹੈ ਅਲੀ ਅਸਗਰ ਮੰਗੇ ਤਾਂ ਦੇਨੇ ਆਏ ਹੁਸੈਨ ਦੇ ਵੇਲਾ ਅਲ ਪਿਓ ਨਾਲ ਕਿਵੇਂ ਕਰੇਨਾ ਹਾਏ ਕਰਕੇ ਰੋਣ ਲਿਆ ਜਲਾ ਲਾਇਆ ਬਾਬਾ ਅੱਜ ਮੈਨੂੰ ਗਰਮ ਰੇਤ ਲਿਟਾ ਬਾਬਾ ਅੱਜ ਮੈਂ ਇੰਜ ਪਾਣੀ ਮੰਗਣਾ ਜਿਵੇਂ ਤੇਰੀ ਮਾਂ ਹੱਕ ਮੰਗਿਆ ਹੈ ਕੋਈ ਮਾਤਮ ਕਰਨ ਵਾਲਾ ਆਵਾਜ਼ ਆਇਆ ਅਸਗਰਾ ਮਾਰਾ ਲਈ ਉਹ ਮੈਂ ਕੁਰਬਾਨ ਹੋ ਜਾਵਾਂ ਮੇਰੀ ਸੈਨਾ ਦੀ ਆਸਾਂ ਪੂਰੀਆਂ ਕਰਿਆ ਜਿਹੜੇ ਔਲਾਦ ਦੀ ਹਸਰਤ ਲੈ ਕੇ ਆਏ ਹਾਏ ਕਰਕੇ ਰੋਣ ਵਾਲਿਆ ਹੁਸੈਨ ਦੇ ਰੇਤ ਕਿਵੇਂ ਸਮਾਵਾਂ ਮੇਰਾ ਕੋਰਿਆਂ ਦਾ ਬਚੜਾ ਅਲੀ ਅਸਗਰ ਨੂੰ ਹੁਸੈਨ ਤਾਂ ਤੇ ਚਾਇਆ ਹਲ ਜਲ ਮੱਚੀ ਪੁੱਠਾਂ ਦੀਆਂ ਬੋਡੀਆਂ ਰੇਤ ਚ ਲੱਗੀਆਂ ਜਦਾਂ ਅਲੀ ਅਸਗਰ ਨੌ ਲੱਖ ਤੋਂ ਡਿੱਠਾ ਦੜਾ ਕਿਆ ਦਈਆ ਅਯੂ ਅਲ ਮੁਸਲਿਮੂਨਾ ਮਾਤਮ ਸ਼ਾਮਿਲ ਹੋਇਆ ਯਾ ਅਯੂ ਅਲ ਮੁਸਲਿਮੂਨਾ ਅਨਾਹਤ ਸ਼ਾਨੋਨ ਮਾਵਾਲ ਖੋਲ ਕੇ ਆਦੀ ਅਸਗਾਰਾ ਸ਼ਾਬਾਸ਼ ਮੇਰਾ ਲਾ ਕਰਬਲਾ ਸ਼ਾਬਾਸ਼ ਮੇਰਾ ਛੇ ਮਹੀਨਿਆਂ ਦਾ ਬਚੜਾ ਆਏ ਕਰਕੇ ਰੋਣ ਲਿਆ ਕੋਈ ਏਡਾ ਦਰਦ ਭਰਿਆ ਮੁਤਾਲਬਾ ਜਿਨ੍ਹਾਂ ਦੇ ਹੱਥ ਤੀਰਾਂ ਢਹਿ ਪਏ
ਜਿਨ੍ਹਾਂ ਦੇ ਹੱਥੇ ਚ ਨੇਜ਼ੇ ਆਏ ਨੇ ਢਹਿ ਪਏ ਹਿੱਕੇ ਦੋਏ ਨਵਾ ਦਿਨ ਯਾਰ ਦਿਓ ਚ ਪਾਣੀ ਫੌਜਾਂ ਹਲੀਆਂ ਜਵਾਨਾਂ ਉਮਰ ਇਬਨ ਸਾਦ ਉੱਥੇ ਆਇਆ ਅੱਜ ਤੇ ਹੋਰ ਮਿਲ ਮਲਾਉਣਾ ਪੈਰ ਦੀ ਠੋਕਰ ਮਾਰ ਗਿਆ ਤੇ ਉੱਠੀ ਕੋਈ ਤੀਰ ਹੀ ਤਚਾ ਸਾਡੀ ਜੰਗ ਪਈ ਹਰਦੀ ਹੈ ਬਰਦਾਸ਼ ਕਰਿਆ ਜ਼ਾਲੇ ਮਸ ਗਿਆ ਦੇ ਜਿਤਨੇ ਤੀਰ ਆਏ ਨ ਗਾਜ਼ੀ ਦੇ ਬਦਨ ਤੇ ਲੱਗ ਗਏ ਤੈਨੂੰ ਸਮਝ ਨਹੀਂ ਆਈ ਮਾਤਮੀ ਆਦਾ ਇੱਕੋ ਤੀਰ ਹੈ ਜਿਹੜਾ ਭਜਦੇ ਹੋਇਆ ਉਠਾ ਨੂੰ ਮਰੀਂਦਾ ਹੈ ਕਿਤਨਾ ਮਾਤਮ ਹੋਣਾ ਮੈਂ ਨਹੀਂ ਜਾਣਦਾ ਮੰਗਿਆ ਪਾਣੀ ਕਾਤਿਲ ਤਰੈ ਨੋ ਕਾਲਾ ਨੀਰ ਚਾਇਆ ਜਿਵੇਂ ਮਾਂ ਦੀ ਨਜ਼ਰ ਪਈ ਮਾਂ ਦੇ ਵਾਲ ਖੁੱਲ ਗਏ ਖੈਮੇ ਦੇ ਬੂਹੇ ਤੋਂ ਆਧੀਏ ਜੰਗ ਹੋਦੀ ਜਵਾਨਾ ਹੱਕ ਮੇਰਾ ਵੀਰਾ ਮੂੰਹ ਤੇ ਮਾਤਮ ਕਰਾ ਡਾਲਿਆ ਮਾਸੂਮ ਤੇ ਜ਼ਰਾਬ ਜਵਾਨੀ ਬੀਬੀਆ ਦੇ ਇੰਨਾ ਜੋ ਰੱਬ ਸਾਡਾ ਆਏ ਕਿਸਮਤ ਆਏ ਕਿਸਮਤ ਵਾ ਵੈਲਾ ਆਏ ਕਰ ਕੇ ਰੋਣ ਲਿਆ ਰੋਂਦਾ ਹੋ ਜਾਂਦਾ ਕੋਈ ਨੁਕਸਾਨ ਹੋਵੇ ਜੇ ਤੇਰੇ ਦਿਲ ਚ ਨਾ ਦੀ ਮੁਹੱਬਤ ਹੈ ਮੈਂ ਤੇਰੀ ਮਿੰਨਤ ਕਰਦਾ ਮਰ ਜਾਵੀ ਜ਼ਿੰਦਗੀ ਵਿੱਚ ਕਿਸੇ ਨਸ਼ੇ ਦੇ ਨੇੜੇ ਨਾ ਜਾਵੀ ਹਾਏ ਕਰਕੇ ਰੋਣ ਵਾਲਿਆ ਜਹੰਨਮ ਦੇ ਅੰਦਰ ਲੈ ਜਾਂਦੇ ਇਹ ਕਮੀਨੇ ਤੀਰ ਚਾਇਆ ਤੇ ਨੌਕਰ ਨਵਾਦਾ ਇਤਨੀ ਸ਼ਰਾਬ ਪਿਵਾ ਮੈਨੂੰ ਅਸਗਰ ਅੱਬਾਸ ਲੱਗਿਆ ਮਾਤਮ ਕਰਨ ਲਿਆ ਸ਼ਰਾਬ ਪੀਂਦੇ ਰਹੇ ਰਬਾਬ ਰੋਂਦੇ ਰਹੇ ਆ ਮੇਰੀ ਸ਼ਾਮ ਦੀ ਥੱਕੀ ਹੋਈ ਸੈਣ ਜੋ ਜੋ ਹਾਜਤ ਤੇ ਬਾਬੁਲ ਹਵਾਜ ਨੇ ਇਹਨਾਂ ਦੇ ਪੂਰੇ ਫਰਮਾ ਰੋਣ ਲਿਆ ਜ਼ਾਲਿਮ ਤੀਰ ਕਮਾਨ ਚਾਇਆ ਹੈ ਹੁਸੈਨ ਅਲੀ ਅਸਗਰ ਨੂੰ ਹਾਂ ਨਾ ਲਾਇਆ ਹੈ ਸੈਯਦ ਆਦੇ ਅਸਗਰ ਇਹਨਾਂ ਮੇਰੇ ਭਰਾ ਮਾਰੇ ਅਸਗਰਾ ਇਹਨਾਂ ਮੇਰੇ ਦੋਸਤ ਮਾਰੇ ਅਸਗਰਾ ਇਹਨਾਂ ਮੇਰੇ ਮਹਿਮਾਨ ਮਾਰੇ ਉਮਰ ਇਬਨ ਸਾਦ ਆਦਾ ਮਤਾਂ ਬੱਚਾ ਸਮਝ ਕੇ ਤੀਰ ਨਾ ਮਾਰੇ ਇਹ ਆਦਾ ਮੈਂ ਨਾਲ ਖਲੋਤਾ ਜਦਾਂ ਜ਼ਾਲਿਮ ਗੋਡੇ ਲਾਈ ਹੈ ਤੀਰ ਚਿੱਲੇ ਵਿੱਚ ਆੜਿਆ ਓਏ ਮੈਂ ਮਰ ਜਾਵਾਂ ਝਾੜੀ ਦੇ ਨਾਲ ਬਹਿ ਕੇ ਆਦਾ ਇਸ ਕਮਾਨ ਸਿੱਕੀ ਹੈ ਗੋਸ਼ੇ ਮਿਲੇ ਤੀਰ ਠੱਠਾ ਹੈ ਮਰ ਜਾਵਾਂ ਜੁਮਲਾ ਨਾ ਪੜਾ ਤੀਰ ਠੱਠਾ ਹੈ ਉਮਰ ਆਦਾ ਤੀਰ ਕਿਉਂ ਠੱਠਾ ਆਦਾ ਪਤਾ ਨਹੀਂ ਮੈਂ ਛੇਕ ਮਰੇ ਨਾ ਕਾਲੀਆ ਕਨਾਤਾ ਹਲਦੀਆ ਹੈ ਕੋਈ ਮਾਤਮ ਕਰਨ ਵਾਲਾ ਉਮਰ ਆਦਾ ਯਾਸੀਨ ਪੜ ਕੇ ਮਾ ਜੀ ਬਾਬਾ ਜੀ ਬਾਬਾ ਹੱਥ ਨਾਲ ਜੋੜੋ ਮੇਰੇ ਵੀਰਾ ਯਾਸੀਨ ਪੜ ਕੇ ਮਾ ਆਏ ਕਰਕੇ ਰੋਣ ਲਿਆ ਦੈ ਮੈਂ ਛਿਕ ਮਰੇ ਨਾ ਕਾਲੀਆ ਕਨਾਤਾ ਹਲਦੀਆਂ ਹੈ ਸੁਣੀ ਸਮਝੇ ਹਰ ਮਸਲਕ ਦਾ ਬੰਦਾ ਸਮਝੇ ਹਰ ਬੰਦਾ ਸਮਝੇ ਇੱਕ ਵਸੀਮ ਅਬਾਸ ਬੜਨ ਲੈ ਹੇ ਕੱਲੀ ਇਸ ਘਰ ਦਾ ਪਿੰਘਾ ਹੈ ਹੇ ਕੱਲਾ ਮੈਂ ਸੁਣਾ ਨਾਲਾ ਇੰਜ ਰੋਸੇ ਜਿਵੇਂ ਅਲੀ ਦੀਆਂ ਧੀਆਂ ਚਾਹੁੰਦੀਆਂ ਹੈ ਮੈਂ ਅਲੀ ਇਸ ਘਰ ਦਾ ਹੁਣ ਤੀਰ ਪੜਨ ਲੱਗਾ ਨੌ ਮੁਹਰਮ ਦਾ ਟਾਈਮ ਹੈ ਮੈਂ ਮਿੰਨਤ ਕਰਦਾ ਪਰਦੇ ਚ ਮਾਵਾਂ ਦੇ ਜਿਨ੍ਹਾਂ ਦੀ ਝੋਲੀ ਚ ਨਿੱਕੇ ਨਿੱਕੇ ਬੱਚੇ ਮੈਂ ਨਹੀਂ ਆਦਾ ਤੁਸੀਂ ਝੋਲੀ ਚੋਂ ਕੱਢ ਛੋੜੋ ਮੈਂ ਨਹੀਂ ਆਦਾ ਮੈਂ ਜਾਣਦਾ ਜ਼ਾਕੇ ਰੱਖਣ ਵੀ ਸਹੀ ਤੇ ਮਾਵਾਂ ਨਹੀਂ ਕੱਢਦੀਆਂ ਇੱਕ ਮਿੰਨਤ ਤੁਹਾਡੇ ਕਰਦਾ ਜਿਤਨੀ ਦੇਰ ਮੈਂ ਤੀਰ ਪੜਾ ਤੂੰ ਪੁੱਤਰ ਨੂੰ ਪਿਆਰ ਨਾ ਕਰੇ ਜਿੱਥੇ ਅਸਗਰ ਦਾ ਕਤਲ ਪੜੀ ਵੇ ਉੱਥੇ ਮਾਸ਼ਾ ਜਿਹੜੀ ਆਦੀ ਵੇਲਾ ਬਾਦ ਰਾਣੀ ਰੋਣ ਵਾਲਿਆ ਮੈਂ ਦੁਆ ਦੇ ਕੇ ਜਾ ਰਿਹਾ ਆਏ ਕਰਕੇ ਰੋਣ ਵਾਲਿਆ ਕਿਆਮਤ ਦਾ ਮੰਜ਼ਰ ਆ ਇਹ ਲਾਂਦੀ ਆਦਾ ਮੈਂ ਇਰਾਦਾ ਕੀਤਾ ਹੈ ਮੈਂ ਇਰਾਦਾ ਕੀਤਾ ਹੈ ਤੀਰ ਅਸਗਰ ਨੂੰ ਨਹੀਂ ਸਿੱਧਾ ਸ਼ਬੀਰ ਨੂੰ ਮਾਰਾਂ ਜੰਗ ਮੁਕਾਵਾਂ
इनाम ढेर लवा अली असगर जाने ता नौ लख जाने ओ मैं मर जावा जुमला न पड़ा इस कमीने तीर दे हाथ बदलिया असगर तू चा के हुसैन दे गल दा निशाना लिया ओ मातम करण आले इस तीर छड़न लगा या खेमे तू मां देवाल खुल गए अकल मार के आदि वे असगर कल उच्चा तारा तेर तैनो नहीं शबीर नू प्या लगदा है सिर ते मातम दा पुरसा प्यो दिया तलिया तू उठया है कातिल अल मोकर के आधे इन ना मारी ए मुक गया है अगला शतबरा बड़ा अगले सत्तर हंस के याद है मेरा गल हाजरा तो जुलाम कमा है पूरा जोर शबा बदला के तड़प के याद है मैं हंस के कुसना है मेरे मां पे दे दे दर खैमा ते आके रख शिस्त सही है ओए मैं सदा को जावा है घर के रोन लिया लथा अकबर भी औखा लथा कासिम भी औखा लथे आन मोहम्मद भी औखे पर जेड़ी मौत हुसैन नु मार गई है ओ अली असगर दा तीर ओ चकवा ला लिया तीर उसने लगा जदा हुसैन असगर दा मुंह पिया चुमदा है कोई मातम करण आला ताई ता दांशा दसे पुत्र दा हर मां दे झोले
ਹੈ ਕਬੂਲੀਆ ਦਾ ਵੇਲਾ ਹੈ ਕੋਈ ਝੋਲੀ ਖਾਲੀ ਨਹੀਂ ਜਾਏਗੀ ਹਰ ਮਾ ਦੇ ਝੋਲੇ ਆਬਾਦ ਵੇ ਅਸਗਰ ਹਾਏ ਸੋਂਜ ਕਰ ਗਿਓ ਮਾ ਅਗਲੀ ਰਿਵਾਇਤ ਜ਼ਿੰਦਗੀ ਚ ਨਹੀਂ ਪੜੀ ਕਬੂਲੀਆ ਦਾ ਟਾਈਮ ਏ ਇਹ ਝੋਲਾ ਨਹੀਂ ਅਲੀ ਅਸਗਰ ਦਾ ਜਨਾਜ਼ਾ ਹੈ ਇਹਨਾਂ ਨੇਜ਼ੇ ਤੋਂ ਲਹਾਇਆ ਹੈ ਫੌਜੀਆਂ ਪੁੱਛਿਆ ਕਰਨਾ ਕੀ ਹੈ ਆਦਾ ਸਰ ਨੇਜ਼ੇ ਤੇ ਚੜਨਾ ਹੈ ਉਹਨਾਂ ਆਖਿਆ ਯਾਰ ਏਡੇ ਬੱਚੇ ਦਾ ਸਰ ਕਿਵੇਂ ਚੜਨਾ ਆਦਾ ਮੇਰੇ ਆ ਲੈ ਆਓ ਸ਼ਿਮਰ ਉਥੋਂ ਨਪਿਆ ਹੈ ਉਹ ਚਕਵਾ ਲਾ ਲਿਆ ਜਿੱਥੋਂ ਮਾਂ ਚੁੰਮਦੀ ਆ ਇਸ ਕੋਈ ਉਹ ਜਿਹਾ ਕੰਮ ਕੀਤਾ ਹੈ ਸਜਾਦ ਰੁਨਾ ਹੈ ਬਾਕਰ ਦੇ ਸਿਰ ਤੇ ਹੱਥ ਰੱਖ ਕੇ ਆਦੇ ਮੈਂ ਰਾਤ ਵੰਜ ਰੋਸਾ ਓ ਸ਼ਾਮ ਦੇ ਵਿੱਚ ਵੋ ਹੈ ਮੈਨੂੰ ਹੁਣ ਨਾ ਖੋ ਰਵਾ ਸਿਆ ਦਾਦੇ ਮੇਰਾ ਬਾਕਰ ਬਚੜਾ ਹੈ ਹਾਜ਼ਰ ਹੈ ਇਹਨੂੰ ਬੇਸ਼ੱਕ ਸਾਂ ਸਿਰ ਤੇ ਮਾਤਮ ਦਾ ਪੁਰਸਾ ਰੋ ਰੋ ਕੇ ਸਿਆ ਦਾਦੇ ਨਾ ਕਬਰ ਪਟਵਾ ਮਾਂ ਪੁੱਤਰ ਨੂੰ ਡਿੱਠਾ ਹੈ ਰੁਨੀਏ ਤਾਂ ਰੋ ਰੋ ਕੇ ਆਦੇ ਪਿਆ ਫਜਰ ਦਾ ਤਾਰਾ ਚੜ੍ਹ ਸੇ ਅਸਗਰ ਪੈ ਮੁਰਗ ਬੁਲੇ ਸਣ ਬੋਲੀ ਮਾਮੂਲ ਮੁਤਾਬਿਕ ਝੂਲਾ ਆ ਗਿਆ ਲੋਰੀ ਪੜੀਏ ਸਹੀ ਪੁੱਠੇ ਹੋਏ ਪੁੱਤਰ ਨੂੰ ਮਾਂ ਪਿੰਗੇ ਸਮਾਏ ਆ ਜਾ ਵੇ ਲਾਲ ਅਸਗਰ ਹਰ ਬੰਦਾ ਸ਼ਿਰਕਤ ਕਰੇ ਆ ਜਾ ਵੇ ਲਾਲ ਅਸਗਰ ਆ ਜਾ ਵੇ ਲਾਲ ਅਸਗਰ ਝੋਲਾ ਤੇਰਾ ਝੋਲਾਵਾ ਕਿਉਂ ਰੁੱਸ ਆ ਜਾ ਮੈਂ ਵਾਰ ਜਾਵਾ ਹਰਸ਼ੀਆ ਹਰਸ਼ੀਆ ਅਮੜੇ ਨਾਰਜ ਕੇ ਚਾਇਆ ਭੈਣੇ ਨਾਰਜ ਖਿਡਾਇਆ ਰਬਾਬ ਅਸਗਰ ਦੇ ਮੈਂ ਕਬਰ ਚ ਲਹਾਵਾ ਤੜਫੀਏ ਮਾਂ ਹਾਂ ਨਾ ਲਾ ਕੇ ਆਦੀ ਡਾਢੇ ਗਰਮ